ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਹੈ? ਠੀਕ ਹੈ ਯਾਰ, ਆ ਸਾਡੀ ਮਾਨ ਫਾਤਮਾ ਬੜੀ ਤੰਗ ਕਰਨ ਡਈ ਆ। ਮੈਂ ਇੱਥੇ ਬੈਠਾ, ਮੈਂ ਕਿਹਾ ਮੈਂ ਜ਼ਰਾ ਰੈਸਟ ਮਾਰ ਲਵਾਂ। ਬੜਾ ਤੰਗ ਕਰਦੇ ਯਾਰ ਬੱਚੇ। ਮੈਂ ਅਗਰ ਰੈਸਟ ਕਰਦਾ ਪਰ ਛੁੱਟੀ ਕੀਤੀ ਇਹ ਨਹੀਂ ਕਰਨ ਦਿੰਦੇ। ਉੱਠੀ ਪਾਪਾ ਉੱਠੀ, ਮੈਂ ਦਾਦੇ ਘਰ ਜਾਣਾ ਵਾਂ, ਮੈਨੂੰ ਜਾਣ ਬੂਹਾ ਖੋਲੋ। ਤੁਹਾਡੇ ਬੱਚੇ ਇੰਝ ਹੀ ਕਰਦੇ ਆ, ਸਾਡੇ ਤਾਂ ਬੜਾ ਆਵੇ ਹੁਣ ਲੇਟਣ ਡਈ ਮਾਨ ਫਾਤਮਾ। ਆਵੇ ਹੁਣ ਬਾਹਰ ਆਏ, ਬਾਹਰ ਬਿਠਾਇਆ, ਹੁਣ ਉਹਨੂੰ ਕਹਿੰਦੀ ਇਹ ਮੈਨੂੰ ਤੰਗ ਕਰਦਾ ਮਾਰਦਾ। ਹਜੇ ਉਹਨੇ ਕੁਛ ਕਿਹਾ ਵੀ ਨਹੀਂ, ਅਤੇ ਵੇ ਪੰਗੇ ਕਿਵੇਂ ਲੈਂਦੀ ਹੈ? ਆ ਮੇਰੇ ਯਾਰ ਮੂੰਹ 'ਤੇ ਗਰੂਣ ਜੇ ਪੈ ਜਾਂਦੇ, ਮੂੰਹ ਸੋਜ ਜਾਂਦਾ, ਪਤਾ ਨਹੀਂ ਕੀ ਵਜ੍ਹਾ ਇਹਦੀ। ਕੋਈ ਦੱਸੋ ਹਾਂ, ਤੁਹਾਨੂੰ ਕੋਈ ਪਤਾ? ਤੁਹਾਨੂੰ ਕੋਈ ਇਹਦੇ ਬਾਰੇ ਇਲਮ ਹੈ ਯਾਰ? ਨਾਲੇ ਚੈਨਲ ਯਾਰ ਸਬਸਕ੍ਰਾਈਬ ਕਰ ਦਿਆ ਕਰੋ। ਆ ਮੇਰੀ ਛੋਟੀ ਜਿਹੀ ਫੈਮਿਲੀ ਆ, ਬੱਚੇ ਨੇ ਮੇਰੇ, ਤਿੰਨ ਬੇਟੀ, ਦੋ ਮੇਰੇ ਬੇਟੇ ਨੇ ਨਾਲ ਜਿਹੜੇ। ਅਤੇ ਯਾਰ ਤੁਸੀਂ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ। ਅਸੀਂ ਚੱਲੇ ਜੂਈਆਂ ਵਾਲੇ ਮੋੜ 'ਤੇ, ਉੱਥੇ ਮੋਟਰਸਾਈਕਲ ਇੱਕ ਸਾਡਾ ਇਰਾਦਾ ਮਾੜੀ ਜਿਹੀ ਲੈ ਲਈਏ। ਉਹ ਜਿਹੜੀ ਵੇਖਣ ਚਾਹੀਦੀ 70-80 ਹਜ਼ਾਰ ਤੋਂ ਘੱਟ ਹੁੰਦੀ ਨਹੀਂ, ਲੇਕਿਨ ਸਾਡੀ ਰੇਂਜ ਇੰਨੀ ਹੈ ਨਹੀਂ, ਰੇਂਜ ਥੋੜ੍ਹੀ ਹੈ, ਸਾਡੇ ਕੋਲ ਇੰਨੇ ਪੈਸੇ ਹੀ ਨਹੀਂ ਹੈ ਮੇਰੇ ਕੋਲ। ਅਤੇ ਇਹ ਸਾਡੇ ਪਿੰਡ ਦਾ ਵਿਊ, ਬਾਹਰ ਦਾ ਪੈ ਲਈਆਂ ਪੂਲੀਆਂ ਨੇ, ਇਹ ਸਾਹਮਣੇ ਘਰ ਨੇ ਕੋਈ ਚੰਦ ਡੇਰੇ ਜੇ, ਅਤੇ ਇਹ ਪਿੱਛੇ ਸਾਡਾ ਪਿੰਡ ਹੈ ਜਿਹੜਾ। ਇਸ ਦਿਨ ਤੁਹਾਨੂੰ ਵਿਊ ਵਿਖਾਵਾਂਗੇ ਪਿੰਡ ਦਾ ਵੀ ਅੱਛੇ ਤਰੀਕੇ ਨਾਲ। ਅਸੀਂ ਜੂਈਆਂ ਵਾਲੇ ਮੋੜ 'ਤੇ ਪਹੁੰਚ ਗਏ। ਇਹ ਮਰੀਜ਼ ਕੇ ਰੋਡ ਹੈ, ਚੀਚੋ ਕੀ ਮਲੀਆਂ, ਕਾਦੇ ਆਜ਼ਮ ਐਪਰਾਇਲ ਪਾਰਕ ਸਕੀਮ ਦਾ। ਇਹ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਜਿੱਥੇ ਅਸੀਂ ਬੈਠੇ ਯਾਰ, ਸਬਸਕ੍ਰਾਈਬ ਕਰ ਦਿਓ ਕਰੋ ਅੱਛੀ ਵੀਡੀਓ ਵਾਸਤੇ। ਅਸੀਂ ਕੋਸ਼ਿਸ਼ ਕਰਾਂਗੇ ਬਿਹਤਰੀ ਵਾਸਤੇ। ਅਸਲਾਮ ਅਲੈਕੁਮ, ਖੁਦਾ ਹਾਫਿਜ਼।